ਕਬ ਗਲੋਬਲ ਟੀਵੀ ਦੇਖ ਰਹੇ ਦੇਸ਼ ਤੇ ਵਿਦੇਸ਼ਾਂ ਦੇ ਸਮੂਹ ਦਰਸ਼ਕਾਂ ਦਾ ਗੁਰਵੈਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਨਿੱਘਾ ਸਵਾਗਤ ਗੁਰੂ ਰੂਪ ਸਾਧ ਸੰਗਤ ਜੀ ਅਸੀਂ ਇਸ ਪ੍ਰੋਗਰਾਮ ਵਿੱਚ ਆਪ ਜੀ ਨੂੰ ਵੱਖ-ਵੱਖ ਪੰਥਕ ਸ਼ਖਸੀਅਤਾਂ ਦੇ ਨਾਲ ਮਿਲਾਉਂਦੇ ਹਾਂ ਤੇ ਉਹਨਾਂ ਤੋਂ ਅਸੀਂ ਜਿਹੜਾ ਗੁਰਮਤ ਵਿਚਾਰਾਂ ਦੀ ਸੇਧ ਪ੍ਰਾਪਤ ਕਰਦੇ ਹਾਂ ਅੱਜ ਮੈਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਸਿੱਖ ਇਤਿਹਾਸ ਦੇ ਪਾਠਕ ਜਾਣਦੇ ਹਨ ਕਿ ਨੌਰੰਗਾਬਾਦ ਇੱਕ ਉਹ ਨਗਰ ਹੈ ਜਿਸ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਸਥਾਨ ਹੈ ਕਿਉਂਕਿ ਇਸ ਜਗ੍ਹਾ ਤੇ ਰਹੇ ਨੇ ਧੰਤਨ ਸ਼ਹੀਦ ਬਾਬਾ ਬੀਰ ਸਿੰਘ ਜੀ ਤੇ ਅੱਜ ਗੁਰਦੁਆਰਾ ਧੰਤਨ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੇ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਹਰਜੀਤ ਸਿੰਘ ਜੀ ਮੇਰੇ ਨਾਲ ਨੇ ਤੇ ਉਹਨਾਂ ਤੋਂ ਅੱਜ ਅਸੀਂ ਜਾਨਣੀ ਹੈ ਬਾਬਾ ਬੀਰ ਸਿੰਘ ਜੀ ਦੀ ਹਿਸਟਰੀ ਉਹਨਾਂ ਦਾ ਇਤਿਹਾਸ ਕਿੰਨਾ ਵੱਡਾ ਇਤਿਹਾਸ ਸੀ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਨੂੰ ਨੌਰੰਗਾਬਾਦ ਵਾਲੇ ਕਹਿਣਾ ਸ਼ੁਰੂ ਹੋਇਆ ਤੇ ਸਾਰੀਆਂ ਚੀਜ਼ਾਂ ਅੱਜ ਇਸ ਨਗਰ ਦਾ ਇਤਿਹਾਸ ਅਤੇ ਆਪ ਜੀ ਨੇ ਇਸ ਸ਼ਹਿਰ ਦਾ ਇਤਿਹਾਸ ਜਾਨਣਾ ਹੈ ਇਸ ਇਲਾਕੇ ਦਾ ਔਰ ਬਾਬਾ ਬੀਰ ਸਿੰਘ ਜੀ ਦਾ ਪਹਿਲਾਂ ਸਭ ਤੋਂ ਸਤਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲੇ ਤੇ ਅੰਤਾਂ ਸ਼ਹੀਦ ਬਾਬਾ ਬੀਰ ਸਿੰਘ ਜੀ ਸਾਡੀ ਕੌਮ ਦੇ ਬੜੇ ਮਹਾਨ ਸ਼ਹੀਦ ਨੇ ਤੇ ਉਹ ਮਹਾਨ ਸ਼ਹੀਦ ਤੋਂ ਹੀ ਆਪਾਂ ਗੱਲ ਸ਼ੁਰੂ ਕਰੀਏ ਕਿਉਂਕਿ ਉਹਨਾਂ ਦੇ ਇਸ ਮਹਾਨ ਸਥਾਨ ਦੀ ਸੇਵਾ ਸਤਗੁਰਾਂ ਆਪ ਜੀ ਨੂੰ ਬਖਸ਼ੀ ਹੈ ਤੇ ਬਾਬਾ ਬੀਰ ਸਿੰਘ ਜੀ ਦਾ ਇਤਿਹਾਸ ਹੈ ਜਿਹੜਾ ਉਹ ਸੰਗਤਾਂ ਦੇ ਨਾਲ ਥੋੜਾ ਜਿਹਾ ਸਾਂਝਾ ਕਰੂਗਾ ਆਪਣਾ 채ਨਲ ਦਾ ਕੀ ਨਾਮ ਹੋਪ ਗਲੋਬਲ ਟੀਵੀ ਹੋਪ ਗਲੋਬਲ ਟੀਵੀ ਇਹ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੇ ਅਸੀਂ ਬਹੁਤ ਧੰਨਵਾਦੀ ਹਾਂ ਹੌਪ ਗਲੋਬਲ ਟੀਵੀ ਚੈਨਲ ਦੇ ਜੇ ਤੁਸੀਂ ਜਿਹੜਾ ਇੱਥੇ ਆਉਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਇਹ ਜਾਨਣਾ ਚਾਹੋਗੇ ਤੁਸੀਂ ਕਿ ਬਾਬਾ ਜੀ ਦਾ ਇੰਦਰੰਗਾਬਾਦੀ ਕਿਉਂ ਬਾਬਾ ਜੀ ਬੱਜਦੇ ਕਿਉਂਕਿ ਮੈਂ ਇਹੀ ਜਾਨਣਾ ਚਾਹਾਂਗਾ ਕਿ ਬਾਬਾ ਜੀ ਦਾ ਜੋ ਜਨਮ ਕੀ ਇੱਥੇ ਹੋਇਆ ਸੀ ਜਾਂ ਜਨਮ ਹੋਰ ਕਿਤੇ ਹੋਇਆ ਸੀ ਕਿਸ ਤਰ੍ਹਾਂ ਇਹ ਸਾਰਾ ਇਤਿਹਾਸ ਹੈ ਔਰ ਕਿਹੜੇ ਕਾਲ ਦੇ ਵਿੱਚ ਹੋਇਓ ਗੁਰੂ ਗੋਬਿੰਦ ਸਿੰਘ ਦੇ ਕਾਲ ਚ ਹੋਇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚ ਹੋਇ ਕਦੋਂ ਇਹ ਸਾਰੀਆਂ ਚੀਜ਼ਾਂ ਆਪਾਂ ਤੇ ਸਭ ਤੋਂ ਪਹਿਲੇ ਤੇ ਸ਼ੁਰੂਆਤ ਕਰਦੇ ਹਾਂ ਕਿ ਉਹਨਾਂ ਦਾ ਜਨਮ ਕੀ ਇਸੇ ਨਗਰ ਚ ਹੋਇਆ ਸੀ ਜਾਂ ਕਿਸੇ ਹੋਰ ਚ ਮੇਰੇ ਜਨਮ ਸਥਾਨ ਤੇ ਬਾਬਾ ਜੀ ਦਾ ਗੱਗੋ ਬੂਆ ਜੀਓ ਇਹ ਜਦੋਂ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੇਵਾ ਲਈ ਨਾ ਤਰਨ ਤਾਰਨ ਸਰੋਵਰ ਦੀ ਹਾਂਜੀ ਉਸ ਟਾਈਮ ਗੱਗੋ ਬੂਏ ਦੀ ਸੰਗਤ ਨੇ ਸੇਵਾ ਬੜੀ ਕੀਤੀ ਉੱਥੇ ਜੀ ਤਨਮਾਨ ਠੀਕ ਜੀ ਤੇ ਗੁਰੂ ਸਾਹਿਬ ਨੇ ਬਚਨ ਕੀਤਾ ਉਸ ਟਾਈਮ ਵੀ ਗੱਗੋ ਬੂਏ ਵਾਲਿਓ ਤੁਹਾਡੇ ਨਗਰ ਚ ਕੋਈ ਯੋਧਾ ਪੈਦਾ ਹੋਊਗਾ ਸੂਰਮਾ ਜੀ ਫੇ ਨਗਰ ਨੂੰ ਧਾਰ ਦੂਗਾ ਹਾਂਜੀ ਤੇ ਉਦੋਂ ਬਾਅਦ ਫਿਰ ਕੁਝ ਸਮਾਂ ਪਾ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀਓ ਚੇਵੇਂ ਪਾਛਾਇ ਗਗੋਬੂਏ ਨਗਰ ਦੇ ਵਿੱਚ ਵਿਚਰੇ ਹਾਂਜੀ ਉੱਥੋਂ ਦੀ ਕਿਹੇ ਮਾਤਾ ਨੇ ਕਿਹਾ ਗੁਰੂ ਸਾਹਿਬ ਨੂੰ ਵੀ ਮਹਾਰਾਜ ਤੁਹਾਡੇ ਵਰਗਾ ਜਿਹੋਦਾ ਸਾਡੇ ਨਗਰ ਦੇ ਵਿੱਚ ਪੈਦਾ ਹੋਣਾ ਚਾਹੀਦਾ ਜੀਓ ਉਸ ਟਾਈਮ ਫਿਰ ਗੁਰੂ ਸਾਹਿਬ ਨੇ ਬਚਨ ਕੀਤਾ ਵੀ ਸਾਡੇ ਵਰਗਾ ਨਹੀਂ ਹੋਣਾ ਸਾਨੂੰ ਹੀ ਆਉਣਾ ਪਊਗਾ ਠੀਕ ਹੈ ਜੀ ਤੇ ਉਸ ਥਾਂ ਤੇ ਨਗਰ ਗਗੋਬੂਏ ਫਿਰ ਬਾਬਾ ਜੀ ਨੇ ਜਨਮ ਲਿਆ ਜੀ ਤੇ ਜਦੋਂ ਜਨਮ ਲਿਆ ਬਾਬਾ ਜੀ ਦੇ ਜਿਹੜੇ ਪਿਤਾ ਜੀ ਹੀ ਇਹ ਨਿਹਾਲ ਸਿੰਘ ਦੀ ਫੌਜ ਚ ਨੌਕਰੀ ਕਰਦੇ ਨਿਹਾਲ ਸੋਹਣੀ ਜਿਹੜੇ ਇਹ ਨਿਹਾਲ ਸਿੰਘ ਕੌਣ ਸੀਗੇ ਭਲਾ ਮਹਾਰਾਜਾ ਰਣਜੀਤ ਸਿੰਘ ਕੇ ਅੱਛਾ ਮਹਾਰਾਜਾ ਰਣਜੀਤ ਸਿੰਘ ਦੇ ਹਾਂਜੀ ਵਾਡਵੇ ਜੀ ਜੀ ਤੇ ਜਦੋਂ ਨੌਕਰੀ ਕਰਦੇ ਸੀ ਸਰਦਾਰ ਸੇਵਾ ਸਿੰਘ ਜੀ ਇਹ ਜਦੋਂ ਇਹਨਾਂ ਨੇ ਬਾਬਾ ਜੀ ਦੇ ਪਿਤਾ ਜੀ ਜਿਹੜੇ ਵੀ ਸ਼ਹੀਦ ਹੋਏ ਆ ਜੀ ਜੀ ਇਹਨਾਂ ਜਦੋਂ ਸ਼ਹੀਦੀ ਪ੍ਰਾਪਤ ਕੀਤੀ ਆ ਤੇ ਉਸ ਟਾਈਮ ਫਿਰ ਕੋਸਮਾ ਪਾ ਕੇ ਇਹਨਾਂ ਬਾਬਾ ਜੀ ਨੂੰ ਨੌਕਰੀ ਮਿਲ ਗਈ ਇੱਥੇ ਜੀ ਜੀ ਬਾਬਾ ਜੀ ਕਾਫੀ ਸਮਾਂ ਨੌਕਰੀ ਕਰਦੇ ਰਹੇ ਬਾਬਾ ਜੀ ਦੀ ਪਸ਼ੌਰ ਜੰਗ ਹੋਈ ਫਿਰ ਜੀ ਇਹ ਜਦੋਂ ਪਸ਼ੌਰ ਜੰਗ ਹੋਈ ਨਾ ਇਹਨਾਂ ਦਾ ਖੰਡਾ ਟੁੱਟ ਗਿਆ ਬਾਬਾ ਜੀ ਦਾ ਠੀਕ ਜੀ ਤੇ ਇਹਨਾਂ ਨੂੰ ਦੁਸ਼ਮਣ ਦੀਦਾ ਹੀ ਪੀ ਦੁਸ਼ਮਣ ਲਾਂਡਿਆ ਤੇ ਇਹ ਨਹੀਂ ਦੁਸ਼ਮਣ ਨੂੰ ਦੀਦੇ ਜੀ ਉਹ ਤੇ ਇਹਨਾਂ ਫਿਰ ਅਰਦਾਸ ਬੇਨਤੀ ਕੀਤੀ ਮਹਾਰਾਜ ਇਹੋ ਜੰਗ ਕਰਨੀ ਹੈ ਤੇ ਜਿਹੜੀ ਜ਼ਿੰਦਗੀ ਹੈ ਤੁਹਾਡੇ ਲੇਖੇ ਲਾ ਦੇਣੀ ਨਾਮ ਸਿਮਰਨ ਜੀ ਹਾਂ ਤੇ ਇਥੋਂ ਦੇ ਆਇਆ ਭਾਈ ਦਸਾਂਦਾ ਸਿੰਘ ਜੀ ਇਹ ਨਗਰ ਦਾ ਜੀ ਜੀ ਇਹ ਦੋਨੋਂ ਬਾਬਾ ਜੀ ਦੇ ਨਾਲ ਹੀ ਵੀ ਨੌਕਰੀ ਕਰਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਹੂੰ ਹੂੰ ਤੇ ਜਦੋਂ ਫਿਰ ਉੱਥੋਂ ਬਾਬਾ ਜੀ ਦੀ ਜੇਤ ਇਹਨਾਂ ਦੀ ਪ੍ਰਾਪਤ ਹੋ ਗਈ ਤੇ ਬਾਬਾ ਜੀ ਨੇ ਫਿਰ ਆਖਿਆ ਵੀ ਅਸੀਂ ਨੌਕਰੀ ਨਹੀਂ ਕਰਨੀ ਹੁਣ ਜੀ ਇਹਨਾਂ ਜਦੋਂ ਨੌਕਰੀ ਛੱਡਤੀ ਤੇ ਭਾਈ ਦਸੰਧਾ ਸਿੰਘ ਜਿਹੜਾ ਸੀ ਇਹ ਨੌਕਰੀ ਕਰਦੇ ਰਹਿ ਤੇ ਜਦੋਂ ਬਾਬਾ ਜੀ ਨੇ ਨੌਕਰੀ ਛੱਡੀ ਇਹ ਬਾਬਾ ਭਾਗ ਸਿੰਘ ਹੋਏ ਕੁਰੀ ਵਾਲੇ ਹੂੰ ਹੂੰ ਇਹ ਪਾਕਿਸਤਾਨ ਚ ਰਹਿ ਗਿਆ ਅੱਛਾ ਜੀ ਤੇ ਉੱਥੇ ਬਾਬਾ ਜੀ ਚੱਲ ਗਏ ਹੂੰ ਹੂੰ ਸੇਵਾ ਕਰਨ ਜੀ ਉੱਥੇ ਕਾਫੀ ਸਮਾਂ ਸੇਵਾ ਕੀਤੀ ਬਾਬਾ ਭਾਗ ਸਿੰਘ ਜੀ ਕੋ ਜੀ ਇਹ ਸੇਵਾ ਕਰਦੇ ਕਰਦੇ ਇਹਨਾਂ ਪੇਡੂ ਰੱਖਿਆ ਹੁੰਦਾ ਸੀ ਹੂੰ ਹੂੰ ਤੇ ਉਹ ਉਹ ਹੁਣ ਵੀ ਮਰਿਆਦਾ ਚੱਲਦੀ ਆਉਂਦੀ ਵੇਖ ਲਓ ਇੱਥੇ ਵੀ ਬੱਕਰਾ ਹੈਗਾ ਅੱਛਾ ਜੀ ਇਹਨਾਂ ਨੇ ਸੇਵਾ ਕੀਤੀ ਚੜਾ ਕੇ ਆ ਮਤਲਬ ਕਿ ਬਾਬਾ ਵੀਰ ਸਿੰਘ ਜੀ ਤੋਂ ਇਹ ਬੱਕਰਾ ਰੱਖਣ ਦੀ ਪਰੰਪਰਾ ਚੱਲਦੀ ਆਈ ਹਾਂ ਉਹਨਾਂ ਵੀ ਰੱਖਿਆ ਸੀ ਠੀਕ ਹੈ ਜੀ ਤੇ ਉਹ ਜਦੋਂ ਘਾ ਲੈ ਕੇ ਆਏ ਨਾ ਆਉਂਦਿਆਂ ਨੂੰ ਉਹ ਬੱਕਰਾ ਜਿਹੜਾ ਸੀ ਉਹਦੀ ਮੌਤ ਹੋ ਗਈ ਜੀ ਉਹਦੀ ਮੌਤ ਹੋ ਗਈ ਤੇ ਨਾਲ ਦੇ ਸਿੰਘ ਆਉਂਦੇ ਵੀ ਬਾਬਾ ਜੀ ਤੁਹਾਡਾ ਬੱਕਰਾ ਤੇ ਮਰ ਗਿਆ ਘਾ ਕਿਨੂੰ ਪਾਉਣਾ ਤੂੰ ਹੂੰ ਹੂੰ ਜੀ ਉਹਨਾਂ ਫਿਰ ਰੋਗ ਫੜਿਆ ਘਾ ਦਾ ਤੇ ਉਹ ਸੁਟਿਆ ਗਾੜੀ ਉਹਨੂੰ ਆਂਦੇ ਉੱਠ ਕੀ ਹੋਇਆ ਤੈਨੂੰ ਘਾ ਖਾ ਜੀ ਤੇ ਉੱਠ ਕੇ ਘਾ ਖਾਂਡਾ ਪਿਆ ਜੀ ਜੀ ਤੇ ਜਿਹੜੇ ਬਾਬਾ ਜੀ ਹੀ ਬਾਬਾ ਭਾਗ ਸਿੰਘ ਜੀ ਹੂੰ ਹੂੰ ਇਹਨਾਂ ਨੂੰ ਪਤਾ ਲੱਗਾ ਜਦੋਂ ਕਿ ਬਾਬਾ ਜੀ ਨੇ ਆ ਕਾਰਾਮਾਰਤ ਵਰਤੀ ਆ ਜੀ ਤੇ ਇਹਨਾਂ ਫਿਰ ਸਾਦਕੇ ਬਾਬਾ ਜੀ ਨੂੰ ਆਖਿਆ ਵੀ ਤੂੰ ਹੀ ਆਇਆ ਕਰੋ ਤੁਹਾਡੀ ਸੇਵਾ ਪੂਰੀ ਹੋ ਗਈ ਆ ਜੀ ਤੇ ਤੁਸੀਂ ਬਾਬਾ ਸਾਹਬ ਸਿੰਘ ਜੀ ਬੇਦੀ ਉਹਨਾਂ ਸਾਹਿਬ ਆ ਉੱਥੇ ਚੱਲ ਜਾਓ ਜੀ ਜੀ ਤੇ ਉਦੋਂ ਜਿਹੜਾ ਜਾਂਦਾ ਸਵਾਰੀ ਖੋਤੇ ਘੋੜੇ ਦੀ ਖਚਰਾਂ ਦੀ ਬਿਲਕੁਲ ਜੀ ਬਿਲਕੁਲ ਤੇ ਬਾਬਾ ਜੀ ਨੂੰ ਉਹਦੇ ਨਾਰਾਂ ਦਾ ਟੋਕਰਾ ਹੋਰ ਫਲ ਫਰੂਟ ਲਦਾ ਕੇ ਖੋਤੇ ਤੇ ਤੇ ਉਹਨਾਂ ਸਾਹਿਬ ਭੇਜਦਾ ਜੀ ਜਦੋਂ ਉਹਨਾਂ ਸਾਹਿਬ ਭੇਜਦਾ ਤੇ ਉੱਥੇ ਕਾਫੀ ਸਮਾਂ ਸੇਵਾ ਕਰਦੇ ਰਹੇ ਬਾਬਾ ਜੀ ਹਾਂ ਜੀ ਕਾਫੀ ਸਮਾਥੇ ਰਹੇ ਤੇ ਕੋ ਸਮਾ ਪਾ ਕੇ ਮੁਟਕੇ ਬਾਬਾ ਸਾਹਿਬ ਸਿੰਘ ਜਿਹੜੇ ਉਹਨਾਂ ਬਾਬਾ ਜੀ ਨੂੰ ਆਖਿਆ ਵੀ ਤੂੰ ਐ ਕਰ ਉਹ ਨਰੰਗਾਵਾਦ ਨਗਰ ਚਲ ਜਓ ਮਾਜੀ ਚ ਜੀ ਤੇ ਉੱਥੋਂ ਜਦੋਂ ਇੱਥੇ ਕਲਤਾ ਅੱਛਾ ਮਤਲਬ ਕਿ ਬਾਬਾ ਵੀਰ ਸਿੰਘ ਜੀ ਦਾ ਜੋ ਜਨਮ ਹੈ ਉਹ ਗੱਗੋ ਬੂਹੇ ਹੋਇਆ ਹੈ ਤੇ ਗੱਗੋ ਬੂਹੇ ਤੋਂ ਉਹਨਾਂ ਨੂੰ ਇੱਥੇ ਆ ਜਿਹੜਾ ਬਾਬਾ ਸਹਿਬ ਸਿੰਘ ਜੀ ਬੇਦੀ ਨੇ ਭੇਜਿਆ ਕਿਉਂਕਿ ਸਾਧ ਸੰਗਤ ਜੀ ਇਹ ਗੱਲ ਨੋਟ ਕਰਨ ਵਾਲੀ ਹੈ ਕਿਉਂਕਿ ਅੱਜ ਜੋ ਬਾਬਾ ਜੀ ਹੋਰਾਂ ਦੱਸਿਆ ਹੈ ਇੱਥੋਂ ਇਹ ਚੀਜ਼ ਸਮਝ ਆਈ ਕਿਉਂਕਿ ਅਜੇ ਤੱਕ ਮੈਂ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਪਾਇਆ ਸੀ ਕਿ ਬਾਬਾ ਬੀਰ ਸਿੰਘ ਜੀ ਦਾ ਜਨਮ ਸਥਾਨ ਗੱਗੋਬੂਹਾ ਪਿੰਡ ਵਿੱਚ ਹੈ ਪਰ ਉਹਨਾਂ ਨੂੰ ਨੌਰੰਗਾਬਾਦੀ ਕਿਉਂ ਕਿਹਾ ਜਾਂਦਾ ਹੈ ਔਰ ਅਸਲ ਵਿੱਚ ਇਹ ਮੈਂ ਆਪ ਜੀ ਨੂੰ ਸੰਗਤ ਨੂੰ ਦੱਸ ਦੇਵਾਂ ਕਿ ਤਰਨਤਾਰਨ ਸਹਿਬ ਤੋਂ ਜਿਸ ਤਰ੍ਹਾਂ 10-12 ਕਿਲੋਮੀਟਰ ਇਧਰ ਨੌਰੰਗਾਬਾਦ ਪੈ ਰਿਹਾ ਤਰਨਤਾਰਨ ਤੋਂ 5-6 ਕਿਲੋ 5-6 ਕਿਲੋਮੀਟਰ ਇਧਰ ਜਿਹੜਾ ਉਹ ਨਰੰਗਾਬਾਦ ਹੈ ਤੇ ਜੇਕਰ ਤੁਸੀਂ ਚਭਾਲ ਵਾਲੇ ਪਾਸੇ ਨੂੰ ਜਾਓ ਤਾਂ 10 12 15 ਕਿਲੋਮੀਟਰ ਤੇ ਗੱਗੋ ਬੂਆ ਆ ਜਾਂਦਾ ਉਹਨਾ ਇਹ ਦੋ ਜਿਹੜੇ ਸ਼ਹਿਰ ਤਰਨਤਾਰਨ ਦੇ ਆਸ-ਪਾਸ ਹੀ ਹਨ ਤੇ ਇਹ ਫਿਰ ਬਾਬਾ ਵੀਰ ਸਿੰਘ ਜੀ ਹੋਰਾਂ ਨੂੰ ਬਾਬਾ ਸਾਹਿਬ ਸਿੰਘ ਜੀ ਬੇਦੀ ਸਾਹਿਬ ਨੇ ਇੱਧਰ ਭੇਜੇ ਤੇ ਇੰਦਰੰਗਾਬਾਦ ਜਿਹੜਾ ਵਾ ਇਹ ਗੋndal ਸਾਹਿਬ ਰੋਡ ਤੇ ਉੱਤੇ ਆ ਠੀਕ ਹੈ ਜੀ 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 ਤੇ ਜਦੋਂ ਇੱਥੇ ਆ ਕੇ ਬਾਬਾ ਜੀ ਸੇਵਾ ਕਾਫੀ ਸਮਾਂ ਕਰਦੇ ਰਹੇ ਤੇ ਉਸ ਟਾਈਮ ਫਿਰ ਬਾਬਾ ਸਾਹਿਬ ਸਿੰਘ ਜੀ ਜਿਹੜੇ ਹੀ ਉਹ ਇਹਨਾਂ ਨੂੰ ਇੱਥੇ ਵੇਖਣਾ ਹੈ ਕਿ ਕਿੰਨਾ ਕੁ ਜੀ ਬਾਬਾ ਜੀ ਨੇ ਸੇਵਾ ਸਿਮਰ ਚਲਾਇਆ ਇੱਥੇ ਹੂੰ ਹੂੰ ਤੇ ਇਹ ਬਾਬਾ ਜੀ ਦੀ ਜਗਾ ਹੈ ਇੱਥੇ ਬਾਬਾ ਸਾਹਿਬ ਸਿੰਘ ਦੀ ਇੱਥੋਂ ਪਰਲੇ ਬੰਨੇ ਨਾਲ ਹੀ ਆ ਜੀ ਤੇ ਕਾਫੀ ਸਮਾਂ ਰਿਹਾ ਫਿਰ ਬਾਬਾ ਜੀ ਵੀ ਇੱਥੇ ਹੂੰ ਹੂੰ ਤੇ ਉਸ ਟਾਈਮ 1820 ਦੇ ਵਿੱਚ ਆਂਦੇ ਇੱਥੇ ਨਾ ਜਿਤਨਾ ਹੁਣ ਬਿਮਾਰੀ ਚੱਲੀ ਜੀ ਤੇ ਉਸ ਟਾਈਮ ਹੀ ਇਹਈ ਦੀ ਬਿਮਾਰੀ ਚੱਲ ਗਈ ਹੂੰ ਹੂੰ ਤੇ ਉਦੋਂ ਫਿਰ ਸੰਗਤ ਦਾ ਇਲਾਜ ਨਹੀਂ ਹੁੰਦਾ ਸੰਗਤ ਬਾਬਾ ਜੀ ਕੋ ਅਈ ਬਚਨ ਕੀਤਾ ਬਾਬਾ ਜੀ ਨੇ ਜੀ ਇਸ ਤਰ੍ਹਾਂ ਲੋਕੀ ਜਿਹੜੇ ਆ ਬਿਮਾਰੀ ਨਾਲ ਮਰਦੇ ਜਾਂਦੇ ਇਹਨਾਂ ਦਾ ਇਲਾਜ ਨਹੀਂ ਹੁੰਦਾ ਉਹ ਟਾਈਮ ਫਿਰ ਬਾਬਾ ਜੀ ਨੇ ਬਚਨ ਕੀਤਾ ਵੀ ਇੱਥੇ ਬੌਲੀ ਸਾਹਿਬ ਆ ਖੂਈ ਜੀ ਉਦੋਂ ਬਲਦਾਨਾ ਚੱਲਦੀ ਜੀ ਉਹਨਾਂ ਬਚਨ ਕੀਤਾ ਵੀ ਜਿਹੜਾ ਇਹ ਇਹ ਬੌਲੀ ਦਾ ਜਲ ਛਕੂਗਾ ਤੇ ਇਸ਼ਨਾਨ ਕਰੂਗਾ ਉਹ ਠੀਕ ਹੋਊਗਾ ਬਿਲਕੁਲ ਉਸ ਟਾਈਮ ਫਿਰ ਛੋਟੀ ਇੱਟ ਹੁੰਦੀ ਏ ਜਿਹੜੀ ਉਹਦੀ ਪੰਜਾਂ ਪੰਜਾਂ ਇੱਟਾਂ ਦੀ ਸੇਵਾ ਲਈ ਸੰਗਤ ਨੂੰ ਜੀ ਉਹ ਸੰਗਤ ਇੱਟਾਂ ਲਈ ਆਈ ਜਿਹੜਾ ਇਸ਼ਨਾਨ ਕਰਦਾ ਸੀ ਜਲ ਛੱਕਦਾ ਸੀ ਉਹ ਠੀਕ ਹੁੰਦਾ ਜਾਂਦਾ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਇਹ ਜਲ ਦਾ ਤੇ ਉਹਨਾਂ ਫਿਰ ਇਥੋਂ ਲੋਹੜ ਜਲ ਮੰਗਾਇਆ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਵੀ ਬਾਬਾ ਜੀ ਦਾ ਐਡਾ ਸਰਦਾਲੂ ਬਣ ਗਿਆ ਸੀ ਵੀ ਨੰਗੇ ਪੈਰੀ ਇੱਥੇ ਆਉਂਦਾ ਹੈ ਜੀ ਜੀ ਠੀਕ ਤੇ ਬਾਬਾ ਸਾਹਿਬ ਸਿੰਘ ਜੀ ਜਿਹੜੇ ਹੀ ਇਹਨਾਂ ਉਹਨਾਂ ਸਾਹਿਬ ਜਲ ਮੰਗਾਇਆ ਉਸ ਸਮੇਂ ਦੇ ਵਿੱਚ ਹਾਂਜੀ ਤੇ ਉਦੋਂ ਜਦੋਂ ਫਿਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਚਾਲੇ ਮਾਰ ਜਾਂਦਾ ਜੀ ਉਦੋਂ ਫਿਰ ਇਹਨਾਂ ਦੇਹਾ ਬੜਾ ਦਪੜੀ ਮੱਚ ਗਈ ਰਾਜ ਦੇ ਵਿੱਚ ਹੂੰ ਹੂੰ ਤੇ ਜਿਹੜਾ ਧਿਆਨ ਸੋਂ ਡੋਗਰਾ ਹੀਰਾ ਸੋਂ ਡੋਗਰਾ ਹੀ ਧਿਆਨ ਸੋਂ ਦਾ ਲੜਕਾ ਜੀ ਇਹਨਾਂ ਉਸ ਸਮੇਂ ਜਦੋਂ ਬਗਾਵਤ ਕਰਕੇ ਕਬਜ਼ਾ ਕਰ ਲਿਆ ਰਾਜ ਦੇ ਉੱਤੇ ਹੂੰ ਹੂੰ ਜਦੋਂ ਕਬਜ਼ਾ ਕਰ ਲਿਆ ਤੇ ਕੰਵਰ ਕਸ਼ਮੀਰਾ ਸੋਂ ਤੇ ਪਸੌਰਾ ਸੋਂ ਨਹੀਂ ਜਿਹੜੇ ਉਹ ਜਦੋਂ ਉੱਥੋਂ ਭੱਜੇ ਉਹ ਇੱਥੇ ਆ ਗਏ ਠੀਕ ਹੈ ਜੀ ਸਤਸੰਗ ਜੀ ਇਹਦੇ ਵਿੱਚੋਂ ਸਭ ਤੋਂ ਪਹਿਲੇ ਤੇ ਜਾਨਣ ਵਾਲੀ ਗੱਲ ਹੈ ਕਿ ਬਾਬਾ ਬੀਰ ਸਿੰਘ ਜੀ ਕਿਉਂਕਿ ਇਤਿਹਾਸ ਦੇ ਵਿੱਚ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਅਸਲ ਵਿੱਚ ਅਸੀਂ ਆਪਣਾ ਇਤਿਹਾਸ ਸਮਝਣਾ ਹੀ ਛੱਡ ਦਿੱਤਾ ਹੈ ਸਾਡੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਵੱਡੇ ਮਹਾਪੁਰਸ਼ ਹੋਏ ਆ ਇੰਨੇ ਵੱਡੇ ਯੋਧੇ ਹੋਏ ਆ ਜਤੀ ਤਪੀ ਸੂਰਮੇ ਹੋਏ ਆ ਪਰ ਅਸੀਂ ਉਹਨਾਂ ਦਾ ਇਤਿਹਾਸ ਸਾਡੀ ਨੌਜਵਾਨ ਪੀੜੀ ਸਮਝਣਾ ਛੱਡ ਗਈ ਹੈ ਅੱਜ ਇਹ ਚੀਜ਼ ਸਮਝਣ ਦੀ ਬੜੀ ਵੱਡੀ ਲੋੜ ਹੈ ਜਿਵੇਂ ਕਿ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੀ ਜਿਹੜਾ ਹੈ ਬਾਬਾ ਬੀਰ ਸਿੰਘ ਲਈ ਬੜਾ ਅਥਾ ਪਿਆਰ ਤੇ ਸਤਿਕਾਰ ਸੀ ਤੇ ਫਿਰ ਇਹਦਾ ਮਤਲਬ ਮਹਾਰਾਜਾ ਰਣਜੀਤ ਸਿੰਘ ਖੁਦ ਵੀ ਇਸ ਨਗਰ 'ਚ ਕਿਤੇ ਆਏ ਹੋਣਗੇ ਜਾਂ ਨਹੀਂ ਹਾਂਜੀ ਆਉਂਦੇ ਹੀ ਉਹ ਤਾਂ ਨੰਗੇ ਪੈਰੀ ਆਉਂਦੇ ਹੀ ਅੱਛਾ ਜੀ ਇੱਕ ਸਮੇਂ ਬਾਬਾ ਜੀ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਤਿੰਨ ਦਿਨ ਇੱਥੇ ਠਹਿਰੇ ਜੀ ਹੋਰ ਤੇ ਜਦੋਂ ਜਾਣ ਲੱਗੇ ਬਾਬਾ ਜੀ ਨੂੰ ਆਂਦੇ ਵੀ ਸਾਡੇ ਲੈ ਕੋਈ ਸੇਵਾ ਹੋਵੇ ਹੂੰ ਹੂੰ ਤੇ ਬਾਬਾ ਜੀ ਨੇ ਆਖਿਆ ਨਹੀਂ ਬੜੀ ਚੜਦੀ ਕਲਾ ਵਾਲਾ ਨਗਰਿਆ ਵੀ ਚੱਲਦਾ ਵਧੀਆ ਲੰਗਰ ਪਾਣੀ ਇੱਥੇ ਜੀ ਤੇ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘੋਂ ਜਿਹੜਾ ਮਾਮਲਾ ਵਸੂਲ ਕਰਦਾ ਸੀ ਨਾ ਇਹ ਪਿੰਡ ਤੋਂ ਨਹਿਰੀ ਮਾਮਲਾ ਜੀ ਉਹਨੇ ਮaaf ਕਰਤਾ ਸੀ ਉਸ ਸਮੇਂ ਠੀਕ ਜੀ ਇੱਥੋਂ ਮਾਮਲਾ ਨਹੀਂ ਹਿਲਦਾ ਜੀ ਜੀ ਤੇ ਇਹ ਜਦੋਂ ਫਿਰ ਅੰਗਰੇਜ਼ ਆਇਆ ਉਹਨੇ ਮਾਮਲਾ ਫੇਰ ਚਾਲੂ ਕੀਤਾ ਠੀਕ ਹੈ ਜੀ ਤੇ ਜਦੋਂ ਕਮਰ ਕਸ਼ਮੀਰਾ ਤੋਂ ਤੇ ਪਿਸ਼ਵਰਾ ਤੋਂ ਨਹੀਂ ਇੱਥੇ ਆ ਕੇ ਬਾਬਾ ਜੀ ਕੋ ਹੂੰ ਹੂੰ ਤੇ ਜਦੋਂ ਹੀਰਾ ਤੋਂ ਡੋਗਰੇ ਨੂੰ ਪਤਾ ਲੱਗਾ ਹੂੰ ਹੂੰ ਉਨਾ ਫਿਰ ਇੱਥੇ ਸਨਾਹ ਕਾ ਲਿਆ ਬਾਬਾ ਜੀ ਨੂੰ ਬੰਦਾ ਭੇਜਿਆ ਜੀ 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 ਸਾਡੇ ਬਾਗੀ ਇੱਥੇ ਆਏ ਆ ਤੇ ਇਹਨਾਂ ਨੂੰ ਫੜਾਓ ਹਾਂਜੀ ਤੇ ਉਸ ਟਾਈਮ ਬਾਬਾ ਜੀ ਨੇ ਬਚਨ ਕੀਤਾ ਵੀ ਸਾਡੀ ਸ਼ਰਨਾਏ ਆਏ ਇਹ ਤੇ ਰਾਜ ਦੇ ਮਾਲਕ ਆ ਜਿਨ੍ਹਾਂ ਨੂੰ ਤੁਸੀਂ ਅੱਜ ਬਾਗੀ ਆਂਦੇ ਹੂੰ ਹੂੰ ਤੇ ਸਾਡੀ ਸ਼ਰਨਾਏ ਆ ਅਸੀਂ ਨਹੀਂ ਫੜਾਉਣਾ ਜੀ ਕਿ ਸਾਨੂੰ ਭਾਵੇਂ ਸ਼ੀਦੀ ਪਾਉਣੀ ਪੈ ਜੇ ਹੂੰ ਹੂੰ ਉਸ ਸਮੇਂ ਫਿਰ ਉਹਨਾਂ ਹੀਰਾ ਸੋਨੇ ਆਖਿਆ ਵੀ ਮੈਂ ਇੱਥੇ ਹੰਭਲਾ ਕਰੂੰਗਾ ਡੇਰੇ ਤੇ ਜੀ ਤੇ ਬਾਬਾ ਜੀ ਨੇ ਫਿਰ ਇਥੋਂ ਇਹ ਜਿਹੜਾ ਡੇਰਾ ਹੀ ਛੱਡ ਕੇ ਤੇ ਤੂਤਾਂ ਵਾਲੇ ਇਹਦੇ ਲੱਗ ਗਈ ਆ ਹਰੀਆਂ ਦੇ ਨਾਲ ਦਰਿਆ ਦੇ ਕੰਢੇ ਤੇ ਜੀ ਜੀ ਇਹਨੇ ਸੰਗਾਂ ਨੂੰ ਬਾਬਾ ਜੀ ਨੇ ਬਚਨ ਕੀਤਾ ਵੀ ਆਪਾਂ ਉੱਥੇ ਚੱਲਣਾ ਦਰਿਆ ਦੇ ਕੰਢੇ ਹਾਂਜੀ ਤੇ ਜਦੋਂ ਚੱਲ ਗਏ ਤੇ ਉੱਥੇ ਜਦੋਂ ਜਾ ਕੇ ਬੈਠੇ ਨਾ ਹੂੰ ਹੂੰ ਬਾਬਾ ਜੀ ਨੇ ਬਚਨ ਕੀਤਾ ਸੰਗਤ ਨੂੰ ਵੀ ਤੁਸੀਂ ਐ ਕਰੋ ਲੰਗਰ ਤਿਆਰ ਕਰੋ ਜੀ ਤੇ ਬਾਬਾ ਜੀ ਦੇ ਨਾਲ ਜਿਹੜੇ ਸਿੰਘ ਹੀ ਆਉਂਦੇ ਬਾਬਾ ਜੀ ਆਪਣੇ ਤੇ ਤੇ ਲੋਹਰੋਂ ਤੇ ਫੌਜਾਂ ਚੜੀਆਂ ਆਉਣ ਡੀਆਂ ਜੀ ਵੀ ਆਪਾਂ ਲੰਗਰ ਕਦੋਂ ਛਕਾਂਗੇ ਤੇ ਕਦੋਂ ਬਣਾਵਾਂਗੇ ਹੂੰ ਹੂੰ ਤੇ ਬਾਬਾ ਜੀ ਨੇ ਬਚਨ ਕੀਤਾ ਆਪਾਂ ਨਹੀਂ ਛਕਣਾ ਆਪਾਂ ਬਣਾਉਣਾ ਹੀ ਆ ਛਕਣਾ ਉਹਨਾਂ ਆਣ ਕੇ ਜੀ ਜੀ ਮਤਲਬ ਕਿ ਬਾਬਾ ਜੀ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਕਿ ਉਹਨਾਂ ਸ਼ੀਦੀ ਦਾ ਟਾਈਮ ਆ ਗਿਆ ਜੀ ਉਹ ਜਦੋਂ ਇਸ ਤਰ੍ਹਾਂ ਬਾਬਾ ਜੀ ਆਂਦੇ ਕਿਸੇ ਸਮੇਂ ਪਹਿਲੋਂ ਫਿਰਦੇ ਤਵੇਲੇ ਚ ਕੋੜਿਆਂ ਦੇ ਤੇ ਬਾਬਾ ਜੀ ਦੇ ਕੋੜੇ ਨੇ ਦਲੱਤਾ ਮਾਰਤਾ ਜੀ ਤੇ ਬਾਬਾ ਜੀ ਨੇ ਆਖਿਆ ਵੀ ਸਾਡੇ ਘੋੜੇ ਨੇ ਦਲੱਤਾ ਮਾਰਤਾ ਵਾ ਤੇ ਆਂਦੇ ਬਾਬਾ ਖਦਾ ਹੋਣੇ ਉਦੋਂ ਬਚਨ ਕਰਤਾ ਬਾਬਾ ਜੀ ਅਜੇ ਤੇ ਤੁਹਾਡੇ ਤੋਪਾਂ ਦੇ ਗੋਲੇ ਵੱਜਣੇ ਆ ਜੀ ਤੁਸੀਂ ਹੋਣੇ ਆਂਦੇ ਦਲੱਤਾ ਮਾਰਿਆ ਹੂੰ ਹੂੰ ਤੇ ਇਹ ਜਦੋਂ ਛੱਡ ਕੇ ਦਰਿਆ ਕੰਢੇ ਫਿਰ ਇਹਨਾਂ ਉੱਥੇ ਲੰਗਰ ਪਾਣੀ ਤਿਆਰ ਕੀਤਾ ਤੇ ਬਾਬਾ ਜੀ ਨੇ ਬਚਨ ਕੀਤਾ ਸੀ ਵੀ ਕਿਸੇ ਨੇ ਹਮਲਾ ਨਹੀਂ ਕਰਨਾ ਕਾੜੀਆਂ ਜੀ ਜੀ ਵੀ ਜਿੰਨੇ ਹਮਲਾ ਕਰਨਾ ਵਾ ਉਹ ਸਾਡੇ ਨਾਲ ਨਾ ਆਵੇ ਠੀਕ ਸ਼ਾਂਤਮਈ ਸ਼ੀਧੀ ਪਾਉਣੀ ਆ ਜੀ ਤੇ ਇਸ ਬਾਬਾ ਸਾਹਬ ਸਿੰਘ ਟਾਰੀ ਜੀ ਜਿਹੜੇ ਇਹਨਾਂ ਬਾਬਾ ਜੀ ਨੂੰ ਸਨਾਹ ਕਲਿਆ ਹੂੰ ਹੂੰ ਤੇ ਜੇ ਮੁਕਾਬਲਾ ਕਰਨਾ ਤੇ ਸਾਨੂੰ ਦੱਸ ਦਿਓ ਮੈਂ ਫੌਜਾਂ ਕੱਲ ਦੂੰ ਨਾਲ ਆ ਜੂੰ ਜੀ ਤੇ ਬਾਬਾ ਜੀ ਨੇ ਉਸ ਸਮੇਂ ਬਚਨ ਕੀਤਾ ਵੀ ਨਹੀਂ ਸਾਨੂੰ ਲੋੜ ਨਹੀਂ ਫੌਜਾਂ ਦੀ ਅਸੀਂ ਤੇ ਸ਼ਾਂਤਮਈ ਸ਼ੀਧੀ ਪਾਉਣੀ ਆ ਜੇ ਤੂੰ ਪਾਉਣੀ ਤੇ ਆ ਜਾ ਨਹੀਂ ਤੇ ਪਿੱਛੇ ਆਉਣਾ ਪੈ ਜੂ ਤੈਨੂੰ ਹੂੰ ਹੂੰ ਤੇ ਉਦੋਂ ਫਿਰ ਜਦੋਂ ਬਾਬਾ ਜੀ ਤੇ ਹੰਬਲਾ ਆਇਆ ਨਾ ਕਿਸੇ ਨੇ ਸ਼ਾਸਤਰ ਨਹੀਂ ਚੁੱਕਿਆ ਜੀ ਤੇ ਬਾਬਾ ਜੀ ਦੇ 18 ਗੋਲੀਆਂ ਲੱਗੀਆਂ ਸਰੀਰ 'ਚ ਇੱਕ ਗੋਲਾ ਥੋਪਦਾ ਲੱਗਾ ਜੀ ਤੇ ਬਾਬਾ ਜੀ ਨੇ ਫਿਰ ਉਦੋਂ ਜਦੋਂ ਜ਼ਖਮੀ ਹੋਏ ਬਚਨ ਕੀਤਾ ਵੀ ਉਹਨਾਂ ਨੂੰ ਪਤਾ ਤੇ ਆਇਆ ਸਰੀਰ ਹੁਣ ਛੱਡ ਜਾਣਾ ਹੂੰ ਹੂੰ ਉਹਨਾਂ ਆਖਿਆ ਮਾੜਾ ਜਿਹਾ ਪਾਟ ਤਾਂ ਕਿਤੇ ਮਾ ਸੜਿਆ ਸੀ ਉਹਨਾਂ ਆਖਿਆ ਲੱਗ ਕਰ ਦਿਓ ਇਹਨੂੰ ਹੂੰ ਹੂੰ ਤੇ ਸਾਡਾ ਜਿਹੜਾ ਪਲੰਗਾ ਵਾ ਜਲ ਪ੍ਰਵਾਹ ਕਰ ਦਿਓ ਜੀ ਤੇ ਉਹ ਜਦੋਂ ਉਤੋਂ ਜਲ ਪ੍ਰਵਾਹ ਕਰਤਾ ਹੂੰ ਹੂੰ ਤੇ ਉੱਥੇ ਜਾ ਕੇ ਜਦੋਂ ਮੁੱਠਿਆਂ ਵਾਲੇ ਕਿਹੇ ਸਿੰਘ ਨੇ ਬਾਬਾ ਜੀ ਨਾਲ ਬਚਨ ਕੀਤਾ ਸੀ ਵੀ ਸਾਨੂੰ ਕੋਈ ਸੇਵਾ ਦਾ ਮੌਕਾ ਬਖਸ਼ੋ ਜੀ ਤੇ ਉਸ ਟਾਈਮ ਬਾਬਾ ਜੀ ਨੇ ਬਚਨ ਕੀਤਾ ਵੀ ਸਮਾਂ ਆਉਣ ਤੇ ਦੱਸਾਂਗੇ ਤੈਨੂੰ ਜੀ ਜੀ ਇਹ ਜਦੋਂ ਫਿਰ ਪਲੰਗਾ ਬਾਬਾ ਜੀ ਦਾ ਇਹਨਾਂ ਪਾਤਾ ਇਥੋਂ ਦਰਿਆਏ ਤੇ ਉਦੋਂ ਫਿਰ ਉਹ ਸਿੰਘ ਨੂੰ ਸੁਪਨਾ ਆਇਆ ਮੁੱਠਿਆਂ ਵਾਲੇ ਜੀ ਵੀ ਬਾਬਾ ਜੀ ਨੇ ਉਸ ਟਾਈਮ ਬਚਨ ਕੀਤਾ ਵੀ ਉੱਠ ਸਿੰਘਾ ਲੋਟ ਲੈ ਸੇਵਾ ਹੂੰ ਹੂੰ ਤੇ ਉਸ ਟਾਈਮਾਂ ਦੇ ਉਹ ਸਿੰਘ ਨੇ ਫਿਰ ਉੱਥੇ ਸਸਕਾਰ ਕੀਤਾ ਬਾਬਾ ਜੀ ਦਾ ਜੀ ਦਰਿਆ ਚੋਂ ਪਲੰਗਾ ਕੱਢ ਕੇ ਠੀਕ ਜੀ ਤੇ ਜਦੋਂ ਬਾਬਾ ਜੀ ਦਾ ਸੰਸਕਾਰ ਕਰਤਾ ਨਾ ਬਾਅਦ ਚ ਫਿਰ ਅਸਤੀਆਂ ਚੁਗੜੀਆਂ ਸੀ ਬਾਬਾ ਜੀ ਦੀਆਂ ਜੀ ਤੇ ਉੱਥੇ ਆਂਦੇ ਸਿੰਘ ਵਰਲਾਪ ਕਰਦੇ ਸੀ ਜਵਾਰ ਸਿੰਘ ਨਰੂਆ ਜੀ ਹਰੀ ਸਿੰਘ ਦਾ ਲੜਕਾ ਹਾਂਜੀ ਤੇ ਹਰੀ ਸਿੰਘ ਦਾ ਜਵਾਈ ਹੋਰ ਬਾਬਾ ਮਹਾਰਾਜ ਸਿੰਘ ਨਾਲ ਇਹ ਮਾਲੂ ਵਾਲੀਏ ਬਾਬੇ ਜੀ ਸਾਰੇ ਕਾਫੀ ਸੰਗਤ ਸੀ ਤੇ ਉਸ ਟਾਈਮ ਜਦੋਂ ਇਹ ਵਰਲਾਪ ਕਰਦੇ ਸੀ ਨਾ ਹੂੰ ਹੂੰ ਉਦੋਂ ਫਿਰ ਉੱਥੇ ਆਂਦੇ ਬਾਬਾ ਜੀ ਨੇ ਪ੍ਰਤਾਖ ਹੋ ਕੇ ਦਰਸ਼ਨ ਦਿੱਤੇ ਇਹਨਾਂ ਨੂੰ ਕਿ ਤੂੰ ਹੀ ਵਰਲਾਪ ਨਾ ਕਰੋ ਇਹ ਜਿਹੜੀਆਂ ਹਸਤੀਆਂ ਵਾਂ ਤੇ ਚੋਕੇ ਤੇ ਨਰੰਗਾਵਾਦ ਲੈ ਜੋ ਤੇ ਉੱਥੇ ਦੱਬ ਦਿਓ ਜਾ ਕੇ ਜੀ ਤੇ ਉਹ ਸਮੇਂ ਫਿਰ ਚੋਕੇ ਇੱਥੇ ਬਪੂਤੀ ਕੋ ਹਸਤੀਆਂ ਲਿਆਣ ਕੇ ਕੋਹ ਇੱਥੇ ਦੱਬੀਆਂ ਗੱਗੋ ਬੂਏ ਤੇ ਇਹ ਠੱਠਾ ਟਿੱਬਾ ਜੀ ਇਧਰ ਕਰਪੂਰ ਥਲੇ ਚਾ ਬਾਬਾ ਜੀ ਦਾ ਦਰਬਾਰ ਤੇ ਮੁੱਠਿਆਂ ਵਾਲੇ ਇਹਨਾਂ ਪੰਜਾਂ ਥਾਵਾਂ ਤੇ ਖੜੀਆਂ ਆਦੋ ਮੇਰੇ ਇਹ ਬਾਬਾ ਜੀ ਦੇ ਜੋ 360 ਗੁਰਦੁਆਰੇ ਬਣੇ ਹੋਏ ਉਹਨਾਂ ਦਾ ਕੀ ਇਤਿਹਾਸ ਹੈ ਇਹ 360 ਗੁਰਦੁਆਰੇ ਬਾਬਾ ਜੀ ਹੁਣ ਤੇ ਜ਼ਿਆਦੇ ਹੋ ਗਏ ਆ ਇਤਿਹਾਸ ਦੇ ਵਿੱਚ 360 ਆ ਉਦੋਂ ਉਸ ਟਾਈਮ ਬਾਬਾ ਜੀ ਨੇ ਵਚਨ ਕੀਤਾ ਸੀ ਵੀ ਸਾਡਾ ਸਿੰਘ ਕੋਈ ਵੀ ਜੇ ਕਰਦਿਆ ਨਾ ਜਾਂ ਗੁੱਸੇ ਹੋਊ ਲੜੂਗਾ ਕਿ ਉਹਦਾ ਇੱਕ ਇੱਕ ਦਿਨ ਵੀ ਸਾਡੇ ਦਰਬਾਰ ਦੇ ਵਿੱਚ ਰਹੂ ਤੇ ਉਹਦਾ ਟਾਈਮ ਪਾਸ ਹੁੰਦਾ ਜਾਊਗਾ ਜੀ ਹਾਂਜੀ ਠੀਕ ਹੈ ਜੀ ਤੇ ਇਹ ਬਾਬਾ ਜੀ ਦਾ ਇਤਿਹਾਸ ਹੀ ਬਾਬਾ ਜੀ ਹੁਣ ਆਈਏ ਆਪਾਂ ਇਸ ਵੇਲੇ ਜੋ ਨੌਰੰਗਾਬਾਦ ਦੇ ਵਿੱਚ ਹੈ ਇਹਦੇ ਵਿੱਚ ਕਿੰਨੇ ਗੁਰਸਥਾਨ ਇਸ ਵੇਲੇ ਹਨ ਜੋ ਬਾਬਾ ਜੀ ਹੋਰਾਂ ਦੇ ਨਾਲ ਸੰਬੰਧਤ ਹੈ ਜਾਂ ਉਸ ਤੋਂ ਬਾਅਦ ਅਸੀਂ ਇਹ ਕਹੀਏ ਕਿ ਭਾਈ ਮਹਿਰਾਜ ਸਿੰਘ ਦੀ ਤੁਸੀਂ ਗੱਲ ਕੀਤੀ ਆ ਉਹ ਸਿੰਗਾਪੁਰ ਜਾ ਕੇ ਸ਼ਹੀਦ ਹੁੰਦੇ ਆ ਉਹਨਾਂ ਉਹਨਾਂ ਭਾਈ ਮਹਿਰਾਜ ਸਿੰਘ ਜੀ ਦਾ ਇਤਿਹਾਸ ਇਸ ਗੁਰਦਾਰੇ ਨਾਲ ਕਿਵੇਂ ਨੌਰੰਗਾਬਾਦ ਨਾਲ ਸੰਬੰਧ ਜੁੜਦਾ ਉਹਨਾਂ ਦਾ ਇਤਿਹਾਸ ਜੁੜਦਾ ਉਹ ਛੋਟੇ ਜਿਹੇ ਬਾਬਿਆਂ ਜੀ ਬਾਬਾ ਜੀ ਕੋ ਆਏ ਜੀ ਪਿੰਡ ਉਹਨਾਂ ਦਾ ਲੁਧਿਆਣਾ ਜ਼ਿਲ੍ਹਾ ਰੱਬੋ ਪਿੰਡ ਆ ਹਾਂਜੀ ਤੇ ਉਹ ਛੋਟੇ ਜਿਹੇ ਆਏ ਤੇ ਬਾਬਾ ਜੀ ਨੇ ਲੰਗਰ ਦੀ ਸੇਵਾ ਦੇਤੀ ਉਹਨਾਂ ਨੂੰ ਹੂੰ ਹੂੰ ਤੇ ਉਹ ਆਂਦੇ ਜਦੋਂ ਕਿਸੇ ਨੂੰ ਪ੍ਰਸ਼ਾਦਾ ਦਿੰਦੇ ਸੀ ਤੇ ਉਹ ਆਂਦੇ ਸੀ ਲਓ ਮਹਾਰਾਜ ਪ੍ਰਸ਼ਾਦਾ ਲਓ ਤੇ ਉਦੋਂ ਤੋਂ ਉਹਨਾਂ ਦਾ ਨਾਮ ਹੀ ਜਿਹੜਾ ਸੀ ਮਹਾਰਾਜ ਸਿੰਘ ਪੈ ਗਿਆ ਤੇ ਬਾਬਾ ਜੀ ਤੋਂ ਬਾਅਦ ਚ ਫਿਰ ਜਦੋਂ ਬਾਬਾ ਜੀ ਸ਼ਹੀਦ ਹੁੰਦੇ ਫਿਰ ਆ ਚ ਉਹਨਾਂ ਨੂੰ ਉਹਨਾਂ ਗੱਦੀ ਸੰਭਾਲੀ ਹੈ ਨਾ ਅੱਛਾ ਜੀ ਤੇ ਉਹਨਾਂ ਜਦੋਂ ਅੰਗਰੇਜ਼ਾਂ ਨੂੰ ਕੱਢਣ ਦਾ ਅੰਗਰੇਜ਼ 100 ਸਾਲ ਹਿੰਦੁਸਤਾਨ ਤੇ ਤੇ ਰਾਜ ਕਰ ਗਿਆ ਸੀ ਪੰਜਾਬ ਚ ਆਇਆ ਨਹੀਂ ਹਜੇ ਇਹਨਾਂ ਫਿਰਾਂਦੇ ਉਸ ਟਾਈਮ ਬਗਾਵਤ ਦਾ ਝੰਡਾ ਪਹਿਲੋਂ ਬਾਬਾ ਮਹਾਰਾਜ ਸਿੰਘ ਨੇ ਚੁੱਕਿਆ ਪੀ ਅੰਗਰੇਜ਼ ਨੂੰ ਰੈਨ ਨਹੀਂ ਤਾਂ ਗਈ ਇੱਥੇ ਠੀਕ ਹੈ ਤੇ ਉਸ ਟਾਈਮ ਫਿਰ ਅੰਗਰੇਜ਼ ਜਿਹੜਾ ਸੀ ਬਾਬਾ ਜੀ ਨੂੰ ਕੈਦ ਕਰਕੇ ਸਿੰਗਾਪੁਰ ਲੈ ਗਿਆ ਹਾਂਜੀ ਤੇ ਉੱਥੇ ਬਾਬਾ ਜੀ ਦੇ ਜਿਹੜੇ ਉੱਥੇ ਸ਼ਹੀਦੀ ਇਹਨਾਂ ਪਾਈ ਹਾਂਜੀ ਉਹ ਜੇਲ ਦੇ ਵਿੱਚ ਹੀ ਜੀ ਜੀ ਜਾਦੇ ਬਜ਼ੁਰਗ ਹੋ ਗਏ ਜਦੋਂ ਹਾਂ ਸਤਸੰਗ ਜੀ ਇੱਥੇ ਮੈਂ ਦੱਸ ਦੇਵਾਂ ਆਪ ਜੀ ਨੂੰ ਕਿ ਜੋ ਭਾਈ ਮਹਾਰਾਜ ਸਿੰਘ ਸੀ ਉਹਨਾਂ ਨੇ ਜਿਸ ਜੇਲ ਦੇ ਵਿੱਚ ਜਿੱਥੇ ਸ਼ਹੀਦੀ ਪਾਈ ਸੀ ਸਿੰਗਾਪੁਰ ਉਸ ਇਲਾਕੇ ਦਾ ਨਾਮ ਸਿਲਟ ਰੋਡ ਹੈ ਤੇ ਅੱਜ ਵੀ ਉਹ ਇਲਾਕਾ ਜਿਹੜਾ ਬਹੁਤ ਸੋਹਣਾ ਗੁਰਦੁਆਰਾ ਉੱਥੇ ਸੁਭਾਏਮਾਨ ਹੈ ਕਰੀਬ ਜੇ ਅਸੀਂ ਕਹਿ ਦਈਏ ਸੰਤੋਸ਼ਾ ਬੀਚ ਦੇ ਬਿਲਕੁਲ ਲਾਗੇ ਪੈਂਦਾ ਸਮੁੰਦਰ ਦੇ ਕਿਨਾਰੇ ਤੇ ਉਹ ਗੁਰਦੁਆਰਾ ਹੈ ਔਰ ਉਸ ਜਗ੍ਹਾ ਤੇ ਸਿਰਫ ਸਿੱਖੀ ਨਹੀਂ ਸਿੰਗਾਪੁਰ ਦਾ ਹਰ ਵਸਿੰਦਾ ਉਸ ਜਗ੍ਹਾ ਨੂੰ ਬਹੁਤ ਜ਼ਿਆਦਾ ਮਾਨਤਾ ਦਿੰਦਾ ਹੈ ਤੇ ਉੱਥੇ ਆਉਂਦੇ ਨੇ ਸਾਰੇ ਤੇ ਇਹ ਭਾਈ ਮਹਾਰਾਜ ਸਿੰਘ ਜੀ ਦੇ ਨਾਲ ਇੱਥੇ ਹੋਰ ਕਿਹੜੇ-ਕਿਹੜੇ ਸਥਾਨ ਬਣੇ ਹੋਏ ਆ ਜੀ ਆਵੇ ਨਾਲ ਹੀ ਬਾਬਾ ਮਹਾਰਾਜ ਸਿੰਘ ਦਾ ਪਹਿਲੋਂ ਜੀ ਸਤਾਨ ਆਉਂਦਾ ਉਦੋਂ ਗਾੜੀ ਫਿਰ ਆਉਂਦਾ ਵਾ ਬਾਬਾ ਸਾਹਿਬ ਸਿੰਘ ਜੀ ਦਾ ਉਦੋਂ ਗਾੜੀ ਬਾਬਾ ਖੁਦਾ ਸਿੰਘ ਜੀ ਦਾ ਉਦੋਂ ਗਾੜੀ ਬਾਬਾ ਵੀਰ ਸਿੰਘ ਜੀ ਦਾ ਤੇ ਬਾਬਾ ਜੀ ਦਾ ਇੱਕ ਇਧਰ ਦਰਬਾਰ ਉਤ ਕਮੇਟੀ ਦੇ ਅੰਡਰ ਚ ਆ ਜੀ ਉਹਦੇ ਨਾਲ 100 ਕਿਲਾ ਜ਼ਮੀਨ ਆ ਅੱਛਾ ਜੀ ਤੇ ਏਕਾ ਮਲਮੋਰੀ ਨੂੰ ਛੜਕ ਜਾਂਦੀ ਤੁਸੀਂ ਵੇਖਿਆ ਨਾ ਜਾਂਦਿਆਂ ਰਾਹ ਤੇ ਜੀ ਮਾੜੀ ਵੱਜਦੀ ਉਹ ਜਗਾ ਜਿਹੜੀ ਉੱਥੇ ਵੀ ਬਾਬਾ ਜੀ ਥੋੜਾ ਸਮਾਂ ਠਹਿਰੇ ਉੱਥੇ ਵੀ ਦਰਬਾਰ ਬਣਿਆ ਤੇ ਬਾਬਾ ਜੀ ਇਹ ਜੋ ਆਪਣੇ ਇਸ ਵੇਲੇ ਮੈਂ ਇਹ ਕਹਾਂ ਕਿ ਬਾਬਾ ਬੀਰ ਸਿੰਘ ਦੀ ਵੀ ਜਿਸ ਤਰ੍ਹਾਂ ਭਾਈ ਬੇਦੀ ਚੰਦ ਜੀ ਦੀ ਨਿਹੰਗ ਸਿੰਘ ਸੰਪਰਦਾਇ ਚੱਲਦੀ ਹੈ ਜਿਸ ਤਰ੍ਹਾਂ ਇਸ ਤੋਂ ਬਾਅਦ ਹਰੀਆਂ ਵੇਲਾਂ ਵਾਲੀ ਸੰਪਰਦਾਇ ਹੈ ਤਰਨਾਦਾਲ ਹੈ ਬੁੱਢਾਦਾਲ ਹੈ ਇਸ ਤਰ੍ਹਾਂ ਕੀ ਹੈ ਬਾਬਾ ਬੀਰ ਸਿੰਘ ਜੀ ਦੀ ਵੀ ਨਿਹੰਗ ਸਿੰਘ ਸੰਪਰਦਾਇ ਚੱਲ ਰਹੀ ਹੈ ਜਾਂ ਕੋਈ ਹੋਰ ਸੰਪਰਦਾਇ ਹੈ ਇਹ ਕਿਸ ਤਰ੍ਹਾਂ ਤੁਸੀਂ ਦੱਸੋਗੇ ਕਿਉਂਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਵਿੱਚ ਪਤਾ ਨਹੀਂ ਹੈ ਇਹ ਬਾਬਾ ਜੀ ਦਾ ਤੇ ਵੇਖੋ ਹੁਣ ਇਹਤਰਾ ਇੱਥੇ ਕਾਰ ਸੇਵਾ ਦਾ ਵਾ ਜਿਹੜਾ ਠੱਠੇ ਟਿੱਬੇ ਵਾਲੇ ਬਾਬਾ ਜੀ ਉਹ ਵੀ ਕਾਰ ਸੇਵਾ ਵਾਲਾ ਨਾਲ ਸੰਬੰਧਤ ਆ ਤੇ ਬਾਬਾ ਜੀ ਦਾ ਦਾਲ ਵੀ ਆ ਹੁਣ ਰਤੋਕਿਆਂ ਵਾਲੇ ਜਿਹੜੇ ਆ ਹਾਂਜੀ ਤੇ ਝਾੜ ਸਾਹ ਵਾਲੇ ਇਹ ਦਾਲਿਆ ਜੀਓ ਨੰਗ ਸਿੰਘਾਂ ਦੇ ਠੀਕ ਹੈ ਜੀ ਤੇ ਬਾਬਾ ਜੀ ਦੇ ਇਹ ਰਾੜਾ ਸਾਹ ਵਾਲੇ ਜਿਹੜੇ ਇਹ ਵੀ ਬਾਬਾ ਜੀ ਦੀ ਸੰਪਰਤਾ ਹੀ ਆ ਜੀ ਜੀ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ ਹਾਂਜੀ ਇਹ ਵੀ ਬਾਬਾ ਜੀ ਦੀ ਸਾਡੀ ਸੰਪਰਤਾ ਬਾਬਾ ਜੀ ਦੀ ਸਾਤ ਸੰਗਤ ਜੀ ਇਹ ਬਾਬਾ ਬੀਰ ਸਿੰਘ ਜੀ ਦਾ ਇੱਕ ਬਹੁਤ ਵੱਡਾ ਪਰਿਵਾਰ ਹੈ ਜਿਹਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਕਾਰ ਸੇਵਾ ਵਾਲੇ ਬਾਬੇ ਵੀ ਆ ਜਾਂਦੇ ਨੇ ਜਿਸ ਦੇ ਵਿੱਚ ਦਲ ਵੀ ਆ ਜਾਂਦੇ ਨੇ ਜਿਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਿਵੇਂ ਰਾੜਾ ਸਾਹਿਬ ਵਾਲੇ ਪ੍ਰਭੂ ਭਗਤੀ ਵਾਲੇ ਬਾਬੇ ਨੇ ਉਹ ਵੀ ਆ ਜਾਂਦੇ ਨੇ ਮਤਲਬ ਕਿ ਸਰਬਪੱਖੀ ਸੰਪਰਦਾਵਾਂ ਦੇ ਉੱਪਰ ਬਾਬਾ ਬੀਰ ਸਿੰਘ ਜੀ ਨੇ ਜਿਹੜਾ ਉਹ ਧਿਆਨ ਕੇਂਦਰਿਤ ਕੀਤਾ ਤੇ ਅੱਜ ਇਸ ਜਗ੍ਹਾ ਤੇ ਜਿਹੜਾ ਉਹ ਇਸ ਗੁਰੂ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਸਾਧ ਸੰਗਤ ਜੀ ਮੈਨੂੰ ਐਵੇਂ ਲੱਗਦਾ ਹੈ ਕਿ ਗੁਰੂ ਘਰ ਹੈ ਜਿਹੜਾ ਇਹ ਆਪਣੇ ਆਪ ਵਿੱਚ ਪੂਰਨ ਰੂਪ ਵਿੱਚ ਇੰਡੀਪੈਂਡੈਂਟ ਹੈ ਕਿਉਂਕਿ ਮੱਝੀਆਂ ਇੱਥੇ گاਵਾ ਇੱਥੇ ਘੋੜੇ ਇੱਥੇ ਔਰ ਲੰਗਰ 24 ਘੰਟੇ ਇਹ ਬੜੀ ਵਧੀਆ ਕਬੂਤਰ ਇੱਥੇ ਖਰਗੋਸ਼ ਇੱਥੇ ਖਰਗੋਸ਼ ਇੱਥੇ ਤੁਸੀਂ ਇਹ ਸਾਰਾ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਦੱਸੋ ਬੱਕਰੇ ਇੱਥੇ ਹਾਂਜੀ ਸਭ ਮਾਲ ਸਾਰਾ ਹੀ ਆ ਡੰਗਰਮਾਲ ਡੰਗਰੇ ਹੁਣ ਖੁੱਲਾ ਹੀ ਰਹਿੰਦਾ ਕਦੀ ਰੱਸਾ ਨਹੀਂ ਪਾਇਆ ਇਹਨਾਂ ਨੂੰ ਜੀ ਇਹ ਗਾਂ ਨੂੰ ਰੱਸਾ ਪਾਇਆ ਤਾਂ ਇਹ ਸੂਣ ਵਾਲੀ ਕਰਕੇ ਇਹਨੂੰ ਬਾਹਰ ਕੱਢਿਆ ਠੀਕ ਹੈ ਤੇ ਬਾਕੀ گاਵਾ ਵੀ ਖੁੱਲੀਆਂ ਇਹ گاਵਾ ਵੀ ਗੁਜਰਾਤ ਦੇ ਵਿੱਚੋਂ ਲਿਆਂਦੀਆਂ ਏ ਜੀ ਹੋ ਹਾਂਜੀ ਤੇ ਇਹ ਸਤਸੰਗ ਜੀ ਬਹੁਤ ਵੱਡੀ ਇੱਕ ਵਿਰਾਸਤ ਜਿਹੜੀ ਕਿ ਸਤਕਾਰਯੋਗ ਬਾਬਾ ਹਰਜੀਤ ਸਿੰਘ ਜਥੇਦਾਰ ਸਾਹਿਬ ਇੱਥੇ ਸੰਭਾਲ ਕੇ ਜਿਹੜੇ ਸੇਵਾ ਨਿਭਾ ਰਹੇ ਨੇ ਤੇ ਆਪ ਜੀ ਦਾ ਹੋਪ گلوبਲ ਟੀਵੀ ਦੇ ਨਾਲ ਜਿਹੜਾ ਹੈ ਉਹ ਸਾਂਝ ਪਾਉਣ ਲਈ ਔਰ ਸਾਨੂੰ ਇੰਨਾ ਵੜਮੁੱਲਾ ਸਿੱਖ ਕੌਮ ਦਾ ਇਤਿਹਾਸ ਦੱਸਣ ਲਈ ਬਾਬਾ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਜਾਂਦਿਆਂ ਜਾਂਦਿਆਂ ਦੋ ਸ਼ਬਦ ਸਾਡੇ ਦਰਸ਼ਕਾਂ ਨਾਲ ਕੀ ਸਾਂਝੇ ਕਰਨੇ ਪਾਉਂਦਾ ਸਮਾਪਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਕੀ